ਸਤਿ ਸ਼੍ਰੀ ਅਕਾਲ ਮੇਰਾ ਨਾਮ ਰਿੰਦਰ ਕੌਰ ਹੈ ਮੈਂ ਖਾਲਸਾ ਕਾਲਜ ਆਫ ਨਰਸਿੰਗ ਦੇ ਵਿੱਚ ਕਲੀਨਿਕਲ ਇਨਸਟ੍ਰਕਟਰ ਆ ਅੱਜ ਮੈਂ ਤੁਹਾਨੂੰ ਫੂਡ ਪੌਇਜ਼ਨਿੰਗ ਬਾਰੇ ਦੱਸਾਂਗੀ ਫੂਡ ਪੌਇਜ਼ਨਿੰਗ ਕੀ ਹੈ ਕਿੱਦਾਂ ਹੋ ਰਹੀ ਹੈ ਇਹਦੇ ਕਿਹੜੇ-ਕਿਹੜੇ ਕਾਰਨ ਨੇ ਫੂਡ ਪੌਇਜ਼ਨਿੰਗ ਕੌਜ਼ ਕਰ ਰਹੇ ਨੇ ਜਿਹੜੇ ਕਿਹੜੇ ਇਹਦੇ ਵਿੱਚ ਸਿੰਪਟਮਸ ਨੇ ਜਿਹੜੇ ਅਸੀਂ ਪੇਸ਼ੈਂਟਸ ਦੇ ਵਿੱਚ ਦੇਖ ਸਕਦੇ ਆ ਜਦੋਂ ਉਹਨਾਂ ਨੂੰ ਫੂਡ ਪੌਇਜ਼ਨਿੰਗ ਹੋ ਰਹੀ ਹੈ ਅਸੀਂ ਉਹਨੂੰ ਕਿੱਦਾਂ ਪ੍ਰੀਵੈਂਟ ਕਰਨਾ ਹੈ ਕੰਟਰੋਲ ਕਰਨਾ ਹੈ ਔਰ ਨਾਲ ਦੇ ਨਾਲ ਜੇ ਫੂਡ ਪੌਇਜ਼ਨਿੰਗ ਹੋਈ ਆ ਅਸੀਂ ਉਹਨੂੰ ਕਿੱਦਾਂ ਟ੍ਰੀਟ ਕਰਾਂਗੇ ਇਹ ਸਾਰਾ ਕੁਝ ਅਸੀਂ ਅੱਜ ਪੜਾਂਗੇ ਫਸਟ ਹੈ ਡੈਫੀਨੇਸ਼ਨ ਆਫ ਫੂਡ ਪੌਇਜ਼ਨਿੰਗ ਕੀ ਫੂਡ ਪੌਇਜ਼ਨਿੰਗ ਕੀ ਹੈ ਫੂਡ ਪੌਇਜ਼ਨਿੰਗ ਇਜ਼ ਐਨ ਇਲਨੈਸ ਦੈਟ ਇਜ਼ ਕੌਜ਼ਡ ਬਾਈ ਦੀ ਇੰਜੈਸਟਡ ਕੰਟਮੀਨੇਟਡ ਫੂਡ ਵੈਨ ਵੀ ਈਟ ਦੀ ਕੰਟਮੀਨੇਟਡ ਫੂਡ ਜਦੋਂ ਅਸੀਂ ਕੋਈ ਵੀ ਇਹੋ ਜਿਹਾ ਖਾਣਾ ਖਾਂਦੇ ਆ ਜਿਹੜਾ ਕਿ ਕੰਟਮੀਨੇਟਡ ਹੈਗਾ ਵਾ ਬਾਈ ਵਾਇਰਸ ਬਾਈ ਬੈਕਟੀਰੀਆ ਔਰ ਐਨੀ ਪੈਥੋਜਨ ਉਹ ਕੀ ਕਰਿਆ ਵਾ ਬਾਡੀ ਦੇ ਅੰਦਰ ਜਾ ਕੇ ਕਿਸੇ ਵੀ ਤਰੀਕੇ ਦੀ ਟੌਕਸਿਸਿਟੀ ਇਨਕਰੀਜ਼ ਕਰ ਰਿਹਾ ਵਾ ਜਦੋਂ ਟੌ ਪਰਸਨ ਦੇ ਅੰਦਰ ਕਿਸੇ ਵੀ ਤਰੀਕੇ ਦੇ ਸਿੰਪਟਮਸ ਲਿਆ ਕੇ ਅਸੀਂ ਦੇਖ ਸਕਦੇ ਜਿਹੜੀ ਸ਼ੌਧ ਹੁੰਦੀ ਆ ਅਸੀਂ ਦੇਖ ਸਕਦੇ ਕਿਸੇ ਵੀ ਪਰਸਨ ਦੇ ਅੰਦਰ ਕੀ ਫੂਡ ਪੌਇਜ਼ਨਿੰਗ ਦੇ ਸਿੰਪਟਮਸ ਆ ਰਹੇ ਨੇ ਐਬਡੋਮਨਲ ਪੇਨ ਹੋ ਸਕਦੀ ਆ ਸਕਿਨ ਰੈਸ਼ਸ ਹੋ ਸਕਦੇ ਨੇ ਕ੍ਰੈਂਪਸ ਪੈ ਸਕਦੇ ਨੇ ਐਨੋਰਗਸਿਆ ਹੋ ਸਕਦਾ ਵਜਿਦੇ ਵਿੱਚ ਪੇਸ਼ੈਂਟ ਦਾ ਕੁਝ ਖਾਣ ਉਦਿਲ ਨਹੀਂ ਕਰੇਗਾ ਵੋਮਿਟਿੰਗ ਆ ਜਾਣਗੀਆਂ ਇਹ ਸਾਰੇ ਤਰੀਕਿਆਂ ਦੇ ਅਸੀਂ ਲੱਛਣ ਦੇਖ ਸਕਦੇ ਆ ਫੂਡ ਪੌਇਜ਼ਨਿੰਗ ਦੇ ਵਿੱਚ ਇਹਦੀਆਂ ਟਾਈਪਸ ਕਿਹੜੀਆਂ ਨੇ ਦੋ ਤਰੀਕੇ ਨਾਲ ਫੂਡ ਪੌਇਜ਼ਨਿੰਗ ਹੋ ਰਹੀ ਆ फस्ट तो हैगा वा बैक्टीरीयल और दूसरा वा नॉन बैक्टीरीयल बैक्टीरीयल फूड पॉइजनिंग की है कई तरीक़े बैक्टीरिया ने जोड़े कॉमनली प्रेजेंट ने एनवायरमेंट के लिए लाइक साल टाइफी ईकोलाई e. बैक्टीरिया बोटलिस ਬੀ ਸੀਰੀਅਸ ਦਾ ਨਾ ਦੇ ਬੈਕਟੀਰੀਆ ਜਿਹੜੇ ਨੇ ਪ੍ਰੈਜ਼ెంట్ ਨੇ ਜਿਹੜੇ ਕੀ ਕਾਰਨ ਨੇ ਜਦੋਂ ਫੂਡ ਦੇ ਅੰਦਰ ਹੁੰਦੇ ਨੇ ਤਾਂ ਉਹਦੇ ਫੂਡ ਦੇ ਅੰਦਰ ਟਾਕਸਿਸਿਟੀ ਕਾਸ ਕਰਦੇ ਰਹਿੰਦੇ ਨੇ ਔਰ ਜਦੋਂ ਅਸੀਂ ਉਹ ਵਾਲਾ ਫੂਡ ਖਾ ਲੈਂਦੇ ਆ ਤਾਂ ਸਾਡੀ ਬਾਡੀ ਦੇ ਅੰਦਰ ਜਾ ਕੇ ਸੇਮ ਉਹ ਫੂਡ ਜਿਹੜਾ ਵਾ ਟਾਕਸਿਸਿਟੀ ਇਨਕਰੀਸ ਕਰਦਾ ਵਾ ਤੇ ਫੂਡ ਪੋਇਜ਼ਨ ਕਰ ਦਿੰਦਾ ਵਾ ਉਸ ਤੋਂ ਇਲਾਵਾ ਨੋਨ ਬੈਕਟੀਰੀਅਲ ਜਿਹੜੇ ਨੇ ਨੋਨ ਬੈਕਟੀਰੀਅਲ ਦੇ ਵਿੱਚ ਕਈ ਤਰੀਕਿਆਂ ਦੇ ਪੈਥੋਜਨਸ ਆ ਜਾਂਦੇ ਨੇ ਕਈ ਤਰੀਕੇ ਦੀਆਂ ਚੀਜ਼ਾਂ ਨੇ ਜਿੱਦਾਂ ਨੋਨ ਲਿਵਿੰਗ ਥਿੰਗਸ ਵੀ ਹੋ ਸਕਦੀਆਂ ਨੇ ਫੂਡ ਅਡਲਟਰੇਸ਼ਨ ਜਿਹੜੀ ਅੱਜ ਕੱਲ ਹੋ ਰਹੀ ਹੈ ਜ ਕੁਇਟੀ ਸਟੇਡੀਓ ਦੇ ਕੈਰੈਕਟ੍ਰਿਸਟਿਕਸ ਨੇ ਉਹਨਾਂ ਨੂੰ ਇਨਕਰੀਜ਼ ਕਰਨ ਵਾਸਤੇ ਜਦੋਂ ਅਸੀਂ ਐਡਲਟਰੇਸ਼ਨ ਆਰਟੀਫੀਸ਼ੀਅਲ ਫੂਡ ਦੇ ਵਿੱਚ ਕਰ ਰਹੇ ਹਾਂ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਫੂਡ ਪੋਇਜ਼ਨਿੰਗ ਹੀ ਕਾਸ ਕਰ ਰਿਹਾ ਵਾ ਇਸ ਤੋਂ ਇਲਾਵਾ ਜਿਹੜਾ ਅਨ ਹੈਲਦੀ ਈਟਿੰਗ ਪੈਟਰਨ ਆ ਸਾਡਾ ਲਾਈਫ ਸਟਾਈਲ ਆ ਜਿਹੜਾ ਅਸੀਂ ਹਰ ਚੀਜ਼ ਨੂੰ ਖਾਣ ਵਾਸਤੇ ਅਸੀਂ ਜਲਦੀ ਕਰ ਰਹੇ ਹਾਂ ਬਿਨਾ ਕੋਈ ਸੋਚੇ ਸਮਝੇ ਕੋਈ ਚੀਜ਼ ਨੂੰ ਜਦ ਅਸੀਂ ਖਾ ਰਹੇ ਹਾਂ ਸਾਨੂੰ ਕੋਈ ਨੋ ਲੈਜ ਨਹੀਂ ਆ ਕਿ ਉਹ ਚੀਜ਼ ਸਾਫ ਸੁਥਰੇ এনवायरमेंट ਵਿੱਚ ਬਣ ਰਹੀ ਐ ਪ੍ਰੋਪਰ ਹੈਂਡ ਵਾਸ਼ਿੰਗ ਹੋ ਰਹੀ ਆ ਪ੍ਰੋਪਰ ਪ੍ਰੀਕਾਸ਼ਨਸ ਉੱਥੇ ਯੂਜ਼ ਕੀਤੀਆਂ ਜਾ ਰਹੀਆਂ ਵਾ ਜਰ ਜਾ ਕੀ ਕਰ ਰਿਹਾ ਵਾ ਫੂਡ ਪੌਇਜ਼ਨਿੰਗ ਕਰ ਰਿਹਾ ਵਾ ਇਸ ਤੋਂ ਇਲਾਵਾ ਜਦੋਂ ਖਾਣਾ ਜਿਹੜਾ ਵਾ ਉਹਨੂੰ ਪ੍ਰੋਪਰ ਤਰੀਕੇ ਨਾਲ ਕੁਕ ਨਹੀਂ ਕੀਤਾ ਜਾਂਦਾ ਪ੍ਰੋਪਰ ਤਰੀਕੇ ਨਾਲ ਪ੍ਰੀਜ਼ਰਵ ਨਹੀਂ ਕੀਤਾ ਜਾ ਰਿਹਾ ਸਟੋਰ ਨਹੀਂ ਸਟੋਰ ਨਹੀਂ ਕੀਤਾ ਜਾ ਰਿਹਾ ਉਹ ਵੀ ਕੀ ਕਾਰਨ ਬਣਦਾ ਇੱਕ ਫੂਡ ਪੌਇਜ਼ਨਿੰਗ ਨੂੰ ਕਾਸ ਕਰਨ ਵਿੱਚ ਇੱਕ ਮੇਨ ਰੋਲ ਪਲੇ ਕਰ ਰਿਹਾ ਵਾ ਇਸ ਤੋਂ ਬਾਅਦ ਅਸੀਂ ਦੇਖਾਂਗੇ ਸਿੰਪਟਮਸ ਕੀ ਨੇ ਫੂਡ ਪੌਇਜ਼ਨਿੰਗ ਦੇ ਫੂਡ ਪੌਇਜ਼ਨਿੰਗ ਦੇ ਮੇਨ ਸਿੰਪਟਮਸ ਨੇ ਨੇ ਡਿਪੈਂਡ ਕਰਦੇ ਨੇ ਇਸੇ ਤਰੀਕੇ ਨਾਲ ਫਿਰ ਹੋਣਗੇ ਕਿ ਫੂਡ ਪੌਇਜ਼ਨਿੰਗ ਦੇ ਕੌਜ਼ਸ ਕੀ ਸੀਗੇ ਜੇ ਤੇ ਬੈਕਟੀਰੀਅਲ ਫੂਡ ਪੌਇਜ਼ਨਿੰਗ ਆ ਤਾਂ ਬੈਕਟੀਰੀਅਲ ਸਿੰਪਟਮਸ ਡਿਫਰੈਂਟ ਹੋਣਗੇ ਜੇ ਵਾਇਰਸ ਕਰਕੇ ਕੋਈ ਫੂਡ ਪੌਇਜ਼ਨਿੰਗ ਹੋਈ ਆ ਉਹਦੇ ਸਿੰਪਟਮਸ ਡਿਫਰੈਂਸ ਹੋਣਗੇ ਬਟ ਜਿਹੜੇ ਕਾਮਨ ਸਿੰਪਟਮਸ ਨੇ ਫੂਡ ਪੌਇਜ਼ਨਿੰਗ ਦੇ ਉਹ ਕੀ ਹੋਣਗੇ ਡਿਪੈਂਡ ਕਰਦਾ ਵਾ ਜਿੰਨਾ ਕਿ ਸਟਮਕ ਐਕ ਹੋ ਸਕਦੀ ਆ ਜਿਹੜੇ ਪੇਸ਼ੈਂਟ ਨੂੰ ਫੂਡ ਪੌਇਜ਼ਨਿੰਗ ਹੋਈ ਆ ਉਹਦੇ ਲिटल ਬਿਟ ਆਫਟਰ 6 ਆਰ ਜਾਂ 4 ਆਰ ਬਾਅਦ ਉਹਦੇ ਸਟਮਕ ਐਕੋ ਨਹੀਂ ਸਟਾਰਟ ਹੋ ਜ ਬੀਨੇ 슬ੀਪलेसनेस ਹੋ ਜਾਏਗਾ ਜੇ ਰਾਤ ਦਾ ਟਾਈਮ ਹੈ ਡਿਨਰ ਕਰਨ ਤੋਂ ਬਾਅਦ ਉਹਨੂੰ ਫੂਡ ਪੌਇਜ਼ਨਿੰਗ ਹੋਈ ਹੈ ਤਾਂ ਰਾਤ ਨੂੰ ਨੀਂਦ ਨਹੀਂ ਆਏਗੀ ਡਿਫਿਕਲਟੀ ਆਏਗੀ ਸਕਿਨ ਰੈਸ਼ਸ ਅਪੀਅਰ ਹੋਣੇ ਸ਼ੁਰੂ ਹੋ ਜਾਣਗੇ ਜੇ ਇੱਕ ਬਹੁਤ ਜ਼ਿਆਦਾ ਸਵियर ਸਿੰਪਟਮਸ ਆ ਰਹੇ ਨੇ ਜਿਦੇ ਵਿੱਚ ਕੀ ਸਵियर ਕਿਸੇ ਸਵियर ਕਾਰਨ ਕਰਕੇ ਜਿਹੜਾ ਬਹੁਤ ਜ਼ਿਆਦਾ ਫੀਵਰ ਰੀਜ਼ਨ ਬੰਦ ਰਿਹਾ ਵਾ ਫੂਡ ਪੌਇਜ਼ਨਿੰਗ ਦਾ ਉਹਦੇ ਕਰਕੇ ਸਕਿਨ ਰੈਸ਼ਸ ਵੀ ਆ ਸਕਦੇ ਨੇ ਫੀਵਰ ਆ ਸਕਦਾ ਹੈ ਪੇਸ਼ੈਂਟ ਨੂੰ ਸਵੇਟਿੰਗ ਹੋ ਸਕਦੀ ਹੈ ਪੇਸ਼ੈਂਟ ਨੂੰ ਨੋਜ਼ੀਆ ਹੋਏਗਾ ਕਨਵਲਸੈਂਸ ਵੀ ਹੋ ਸਕਦੇ ਨੇ ਇਸ ਤੋਂ ਇਲਾਵਾ ਜਿਸ ਬਹੁਤ ਜ਼ਿਆਦਾ ਸਫੇਅਰ ਬਹੁਤ ਜ਼ਿਆਦਾ ਸਫੇਅਰ ਕੰਪਲਿਕੀਸ਼ਨਸ ਆndੀਆਂ ਨੇ ਜਿਹਦੇ ਵਿੱਚ ਕਈ ਵਾਰੀ ਪੇਸ਼ੈਂਟ ਕੀ ਹੈ ਕੋਮਾ ਵਿੱਚ ਵੀ ਜਾ ਸਕਦਾ ਹੈ ਨੈਕਸਟ ਹੈ ਟ੍ਰੀਟਮੈਂਟ ਟਰੀਟਮੈਂਟ ਅਸੀਂ ਕਿੱਦਾਂ ਕਰਾਂਗੇ ਫੂਡ ਪੌਇਜ਼ਨਿੰਗ ਦਾ ਇਹ ਵੀ ਡਿਪੈਂਡ ਕਰਦਾ ਵਾ ਕਿ ਫੂਡ ਪੌਇਜ਼ਨਿੰਗ ਦਾ ਕਾਰਨ ਕੀ ਸੀ ਜੇ ਤਾਂ ਬੱਚੇ ਨੇ ਕੋਈ ਚੀਜ਼ ਜਾਂ ਕਿਸੇ ਪੇਸ਼ੈਂਟ ਨੇ ਕੋਈ ਚੀਜ਼ ਖਾ ਲਈ ਹੈ ਕੋਈ ਹਾਰਮਫੁਲ ਮੈਡੀਸਨ ਕੋਈ ਨਾ ਕੋਈ ਟੌਕਸਿਸਿਟੀ ਕਰਨ ਵਾਲੀ ਚੀਜ਼ ਜੇ ਪੇਸ਼ੈਂਟ ਨੇ ਖਾਧੀ ਉਹਦਾ ਟਰੀਟਮੈਂਟ ਅਸੀਂ ਉਸੇ ਹਿਸਾਬ ਨਾਲ ਕਰਾਂਗੇ ਇਸ ਤੋਂ ਇਲਾਵਾ ਐਂਟੀਬਾਇਓਟਿਕਸ ਦੇ ਸਕਦੇ ਆ ਪੇਸ਼ੈਂਟ ਨੂੰ ਐਂਟੀਵਾਇਰਲ ਦੇ ਸਕਦੇ ਆ ਨਾਲ ਦੇ ਨਾਲ ਅਸੀਂ ਉਹਨੂੰ ਆਈਵੀ ਫਲੂਇਡ ਥੈਰੇਪੀ ਦਵਾਂਗੇ ਆਈਵੀ ਫਲੂਇਡ ਥੈਰੇਪੀ ਅਸੀਂ ਜਿੱਥੇ ਅਸੀਂ ਪੇਸ਼ੈਂਟ ਦੇ ਇਲੈਕਟ੍ਰੋਲਾਈਟ ਮੇਨਟੇਨ ਕਰਨ ਵਾਸਤੇ ਦ ਨੈਕਸਟ ਟੈਕਸਟ੍ਰੋਜ਼ ਵਗੈਰਾ ਆਉਂਦੇ ਨੇ ਅਸੀਂ ਉਹ ਪੇਸ਼ੈਂਟ ਨੂੰ ਦੇ ਸਕਦੇ ਆ ਨੈਕਸਟ ਆ ਪ੍ਰੀਵੈਂਸ਼ਨ ਐਂਡ ਕੰਟਰੋਲ ਫੂਡ ਪੌਇਜ਼ਨਿੰਗ ਦਾ ਮੇਨ ਹੈ ਕਿ ਜੇ ਅਸੀਂ ਉਹਨੂੰ ਪ੍ਰੀਵੈਂਟ ਹੀ ਕਰ ਲਿਤਾ ਜਾਵੇ ਤਾਂ ਉਹਦੀ ਟ੍ਰੀਟਮੈਂਟ ਦੀ ਸਾਨੂੰ ਨੀਡ ਹੀ ਨਾ ਪਵੇ ਬਿਕੋਜ਼ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਸੋ ਪ੍ਰੀਵੈਂਸ਼ਨ ਐਂਡ ਕੰਟਰੋਲ ਕਿੱਦਾਂ ਕਰਾਂਗੇ ਫੂਡ ਪੌਇਜ਼ਨਿੰਗ ਦਾ ਹੈਂਡ ਵਾਸ਼ਿੰਗ ਮਸਟ ਇੰਪੋਰਟੈਂਟ ਹੈ ਜਦੋਂ ਵੀ ਅਸੀਂ ਕਿਤੇ ਕੋਈ ਖਾਣਾ ਬਣਾ ਰਹੇ ਹਾਂ ਜਿਹੜੇ ਘਰ ਦੇ ਵਿੱਚ ਜਿਹੜੇ ਮਦਰਸ ਨੇ ਲੇਡੀਜ਼ ਨੇ ਜਾਂ ਇਸ ਤੋਂ ਇਲਾਵਾ ਜਿਹੜੇ ਕੁੱਕ ਨੇ ਜਿਹੜੇ ਵੀ ਖਾਣਾ ਨੂੰ ਖਾਣੇ ਨੂੰ ਕੁੱਕ ਕਰਦੇ ਨੇ ਉਹਨਾਂ ਨੂੰ ਚਾਹੀਦਾ ਹੈ ਫਰਸਟ ਕਿ ਉਹ ਆਪਣੀ ਹੈਂਡ ਵਾਸ਼ਿੰਗ ਇੰਪੋਰਟੈਂਟ ਆ ਕਿ ਖਾਣਾ ਬਣਾਉਣ ਤੋਂ ਪਹਿਲਾਂ ਵੀ ਹੈਂਡ ਵਾਸ਼ਿੰਗ ਕਰਨਾ ਔਰ ਖਾਣਾ ਬਣਾਉਣ ਤੋਂ ਬਾਅਦ ਵੀ ਇਸ ਤੋਂ ਇਲਾਵਾ ਜਿਹੜੇ ਵੀ ਚੀਜ਼ਾਂ ਸੀ ਯੂਜ਼ ਕਰ ਰਹੇ ਆ ਖਾਣਾ ਬਣਾਉਣ ਵਾਸਤੇ ਜਿੱਦਾਂ ਜਿਹੜੇ ਬਰਤਨ ਅਸੀਂ ਯੂਜ਼ ਕਰ ਰਹੇ ਆ ਯੂਟੈਂਸਿਲਸ ਜਿੰਨੇ ਵੀ ਯੂਜ਼ ਕਰਦੇ ਆ ਆਪਾਂ ਖਾਣਾ ਬਣਾਉਣ ਵਾਸਤੇ ਉਹਨਾਂ ਸਾਰਿਆਂ ਨੂੰ ਪ੍ਰੋਪਰ ਜਿਹੜਾ ਦਿਆ ਵੈਟ ਨਾਨ ਵੈਜ ਜਿਹੜਾ ਅਸੀਂ ਦੇਖਦੇ ਆ ਵੈਟਰਨਰੀ ਜਿਹੜਾ ਸਟਾਫ ਆ ਜਿਹੜਾ ਮੀਟ ਵਗੈਰਾ ਜਿਹੜਾ ਅਸੀਂ ਦੇਖਦੇ ਆ ਮੀਟ ਚਿਕਨ ਮਟਰਨ ਵਗੈਰਾ ਸਾਰਾ ਉਹਨਾਂ ਦੀ ਇਨਸਪੈਕਸ਼ਨ ਕਰਨ ਵੈਟਰਨਰੀ ਸਟਾਫ ਤਾਂ ਕਿ ਜਦੋਂ ਵੀ ਉਹ ਉਹਨੂੰ ਕਮਿਊਨਿਟੀ ਦੇ ਵਿੱਚ ਜਾਂ ਸੁਸਾਇਟੀ ਦੇ ਵਿੱਚ ਉਹ ਖਾਣੇ ਨੂੰ ਸੈਂਡ ਕਰ ਰਹੇ ਨੇ ਤੇ ਉਹ ਪ੍ਰੋਪਰ ਜਿਹੜਾ ਵਾ ਹਾਈਜਨਿਕ ਹੋਵੇ ਉਹਨਾਂ ਵਿੱਚ ਕੋਈ ਵੀ ਬੈਕਟੀਰੀਅਲ ਇਨਫੈਕਸ਼ਨ ਪ੍ਰੈਜ਼ੈਂਟ ਨਾ ਹੋਵੇ ਇਸ ਤੋਂ ਇਲਾਵਾ ਫੂਡ ਹੈਂਡਲਿੰਗ ਟੈਕਨੀਕਸ ਜਿਹੜੀਆਂ ਨੇ ਉਹ ਪ੍ਰੋਪਰ ਹੋਣੀਆਂ ਚਾਹੀਦੀਆਂ ਨੇ ਪ੍ਰੋਪਰ ਟੈਕਨੀਕਸ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਕਿਹੜੇ-ਕਿਹੜੇ ਤਰੀਕੇ ਨਾਲ ਅਸੀਂ ਫ ਸਕਦੇ ਆ ਜਦੋਂ ਫੂਡ ਨੂੰ ਕੁਕ ਕੀਤਾ ਗਿਆ ਵਾ ਉਸ ਤੋਂ ਬਾਅਦ ਉਹਨੂੰ ਕਿਸੇ ਆਪਟੀਮਮ ਟੈਂਪਰੇਚਰ ਦੇ ਉੱਤੇ ਸਟੋਰ ਕਰਕੇ ਰੱਖਣਾ ਵਾ ਤਾਂ ਕਿ ਸਮਰ ਵਿੱਚ ਜਿਸ ਤਰ੍ਹਾਂ ਨਾਰਮਲੀ ਜਦੋਂ ਟੈਂਪਰੇਚਰ ਹਾਈ ਹੁੰਦਾ ਵਾ ਤਾਂ ਫੂਡ ਦੇ ਵਿੱਚ ਆਟੋਮੈਟਿਕਲੀ ਫੰਗਸ ਡਿਵੈਲਪ ਹੋਣ ਲੱਗ ਜਾਂਦੀ ਹੈ ਬਹੁਤ ਸਾਰੇ ਬੈਕਟੀਰੀਆ ਵਾਇਰਸ ਆਟੋਮੈਟਿਕਲੀ ਡਿਵੈਲਪ ਹੋਣੇ ਸਟਾਰਟ ਹੋ ਜਾਂਦੇ ਨੇ ਤੇ ਫੂਡ ਨੂੰ ਕੀ ਪੌਇਜ਼ਨ ਕਰ ਦਿੰਦੇ ਨੇ ਇਸ ਤੋਂ ਇਲਾਵਾ ਜਿਹੜਾ ਵੀ ਪਰਸਨ ਫੂਡ prepare ਕਾਰਜਾਵਾ ਕੁਕਿੰਗ ਕਾਰਜਾਵਾ ਉਹ ਪਰਸਨ ਜਿਹੜਾ ਵਾ ਫ੍ਰੀ ਹੋਣਾ ਚਾਹੀਦਾ ਵਾ ਹਰ ਕਿਸੇ ਵੀ ਡਿਸੀਜ਼ ਕੰਡੀਸ਼ਨ ਤੋਂ ਇਹ ਨਹੀਂ ਆ ਕਿ ਉਸ ਪੇਸ਼ੈਂਟ ਨੂੰ ਕੋਈ ਵੀ ਕਮਿਊਨੀਕੇਬਲ ਡਿਸੀਜ਼ ਹੋਵੇ ਲਾਈਕ ਕਾਮਨ ਕੋਲਡ ਵੀ ਹੈਗਾ ਵਾ ਕਿਸੇ ਪਰਸਨ ਨੂੰ ਜਿਹੜਾ ਖਾਣਾ ਕੁਕ ਕਰਿਆ ਵਾ ਤੇ ਉਹਨੂੰ ਚਾਹੀਦਾ ਵਾ ਕਿ ਉਹ ਖਾਣਾ ਕੁਕ ਨਾ ਕਰੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਉਹਦੀ ਇਨਫੈਕਸ਼ਨ ਖਾਣੇ ਵਿੱਚ ਜਾਂਦੀ ਆ ਤੇ ਸਾਈਡ ਬਾਈ ਸਾਈਡ ਉਹ ਕਿਸੇ ਵੀ ਪਰਸਨ ਨੂੰ ਇਨਫੈਕਸ਼ਨ ਜਿਹੜਾ ਵਾ ਦੇ ਸਕਦਾ ਇਸ ਤੋਂ ਇਲਾਵਾ ਉਹਦੇ ਹੱਥਾਂ ਦੇ ਉੱਤੇ ਪ੍ਰੋਪਰ ਗਲਵਜ਼ ਹੋਣੇ ਚਾਹੀਦੇ ਨੇ ਕੋਈ ਕੱਟ ਨਹੀਂ ਹੋਣਾ ਚਾਹੀਦਾ ਉਹਦੇ ਹੱਥਾਂ ਦੇ ਉੱਤੇ ਕੋਈ ਵੀ ਤਰੀਕੇ ਦੀ ਇਲਨ ਹਾਰਿਆਵਾ ਉਹਨੂੰ ਇਨਫੈਕਸ਼ਨ ਨਾ ਕਰ ਸਕੇ ਇਸ ਤੋਂ ਇਲਾਵਾ ਸਿਰ ਰੈਫਰਿਜਰੇਟਰ ਜਿਹੜੇ ਨੇ ਅਸੀਂ ਨਾਰਮਲੀ ਦੇਖਦੇ ਆ ਉਹਨਾਂ ਨੂੰ ਅਸੀਂ ਯੂਜ਼ ਕਰ ਸਕਦੇ ਆ ਖਾਣੇ ਨੂੰ ਸਟੋਰ ਕਰਕੇ ਰੱਖਣ ਲਈ ਤਾਂ ਕਿ ਕੱਚੇ ਟੈਂਪਰੇਚਰ ਦੇ ਉੱਤੇ ਜਦੋਂ ਖਾਣੇ ਨੂੰ ਸਟੋਰ ਕੀਤਾ ਜਾਵੇ ਤਾਂ ਉਹਦੇ ਵਿੱਚ ਜਿਹੜਾ ਪੌਇਜ਼ਨ ਜਾਂ ਟੌਕਸਿਸਿਟੀ ਆ ਨਾ ਡਵੈਲਪ ਹੋ ਸਕੇ ਤੇ ਫੂਡ ਪੌਇਜ਼ਨਿੰਗ ਨੂੰ ਜਿਹੜਾ ਵਾ ਕੰਟਰੋਲ ਕੀਤਾ ਜਾ ਸਕੇ ਇਹਦੇ ਨਾਲ ਅਸੀਂ ਲੋਕਾਂ ਨੂੰ ਹੈਲਥ ਐਜੂਕੇਸ਼ਨ ਦਵਾਂਗੇ ਕਿ ਉਹਨਾਂ ਨੇ ਆਪਣਾ ਹੈਲਥੀ ਲਾਈਫਸਟਾਈਲ ਰੱਖਣਾ ਵਾ ਮੇਨਟੇਨ ਕਰਕੇ ਰੱਖਣਾ ਵਾ ਅਵੇਅਰਨੈਸ ਰੱਖਣੀ ਆ ਕਿ ਜਿਹੜੀ ਜਗ੍ਹਾ ਤੋਂ ਅਸੀਂ ਖਾਣਾ ਲੈ ਰਹੇ ਆ ਖਾ ਰਹੇ ਆ ਜਿਹੜੀ ਜਗ੍ਹਾ ਤੇ ਅਸੀਂ ਜਾ ਰਹੇ ਆ ਵਿਜ਼ਿਟ ਕਰ ਰਹੇ ਆ ਖਾਣੇ ਵਾਸਤੇ ਉਹ ਜਗ੍ਹਾ ਪ੍ਰੋਪਰ ਹਾਈਜੀਨਿਕ ਹੋਵੇ ਕੋਈ ਵੀ ਤਰੀਕੇ ਦਾ ਉੱਥੇ ਸੋਰਸ ਆਫ ਇਨਫੈਕਸ਼ਨ ਪ੍ਰੈਜ਼ੈਂਟ ਨਾ ਹੋਵੇ